ਨਵਜੋਤ ਸਿੰਘ ਸਿੱਧੂ ਹੁਣਾ ਦੇ ਖਿਲਾਫ ਵੀ ਕੁਝ ਅਫਸਰਾਂ ਨੇ ਅਖਬਾਰਾਂ ਨੂੰ ਖਬਰਾਂ ਦਿੱਤੀਆਂ ਨੇ ਬਿਜਲੀ ਵਿਭਾਗ ਦੇ ਅਫਸਰਾਂ ਨੇ ਕਿ ਉਹਨਾਂ ਦੇ ਵੱਲ ਵੀ 8 ਲੱਖ ਤੋਂ ਉੱਤੇ ਦਾ ਬਕਾਇਆ ਖੜਾ ਹੈ ਜਿਹੜਾ ਉਹਨਾਂ ਦਾ ਅੰਮ੍ਰਿਤਸਰ ਰਹਾਇਸ਼ ਹੈ ਜਿਹੜਾ ਬੰਦਾ 10 ਕਿਸਾਨਾਂ ਦੀ ਅੰਮ੍ਰਿਤਸਰ ਦੇ ਵਿੱਚ ਫਸਲ ਸੜ ਗਈ ਕਣਕ ਦੀ ਉਹਨੇ 2.5 ਲੱਖ ਰੁਪਇਆ ਪ੍ਰਤੀ ਕਿਸਾਨ ਵੀ ਸਰਕਾਰ ਦਾ ਮੁਆਵਜ਼ਾ ਦਾ ਪਤਾ ਨਹੀਂ ਕਦੋਂ ਆਊਗਾ ਆ ਚੱਕ ਤੂੰ ਮੈਂ ਦਿੰਨਾ ਹੈ ਜਿਸ ਬੰਦੇ ਦਾ ਉਸ ਤਰ੍ਹਾਂ ਦਾ ਕਰਤਾਰ ਹੋਵੇ ਕਿ ਉਹ ਇਹਨਾਂ ਦਾ 8 ਲੱਖ ਰੱਖ ਸਕਦਾ ਹੈ ਮੈਨੂੰ ਵੀ ਲੱਗਦਾ ਹੈਗਾ ਅਕਾਲੀਆਂ ਨੇ ਕੱਲ ਬਿਆਨ ਦਿੱਤਾ ਹੈ ਹਰਜਿੰਦਰ ਕੌਰ ਦਾ ਬਿਆਨ ਅੱਜ ਅਖਬਾਰਾਂ ਦੇ ਵਿੱਚ ਲੱਗਿਆ ਹੋਇਆ ਹੈ ਕਿ ਅਸੀਂ ਜੇ ਸਾਡੀ ਸਰਕਾਰ ਆ ਜਾਂਦੀ ਹੈ ਤਾਂ ਸਾਰੇ ਪੰਜਾਬ ਨੂੰ ਨਹਿਰੀ ਪਾਣੀ ਦੇਵਾਂਗੇ ਤੋਡੇ ਕੋਲ ਨਰੀ ਪਾਣੀ ਦੇਣ ਦੀ ਸਮਰੱਥਾ ਹੈ ਬਦਲ ਸਾਹਿਬ 1997 ਦੇ ਵਿੱਚ ਆਏ ਉਹਨਾਂ ਨੇ ਹੁੰਜੇ ਹੀ ਫੇਰ ਤੱਕ ਇਹ ਸਾਰੀ ਬਿਜਲੀ ਜਿਹੜੀ ਆ ਉਹ ਮਾਫ ਹੁਣ ਜਿਹੜਾ ਉਹ ਭਾਰ ਆਪਣੇ ਸਿਰ ਤੇ ਪਾਇਆ ਉਹਦਾ ਖਮਿਆਜਾ ਅੱਜ ਅਰਵਿੰਦਰ ਜੀ ਅਸੀਂ ਭੁਗਤ ਰਹੇ ਹਾਂ ਹੁਣ ਕੇਜਰੀਵਾਲ ਦਾ 316 ਦਾ ਕਹਤਾ ਜਿਹੜਾ ਕੇਜਰੀਵਾਲ ਨੇ ਇਹ ਕਿਹਾ ਵੀ ਸ਼ਰਾਬ ਮਾਫੀਆ ਮਹੀਨੇ ਦਾ ਮਾਫੀਆ ਟਰਾਂਸਪੋਰਟ ਮਾਫੀਆ ਇਹਨਾਂ ਦੇ ਜੇਬਾਂ ਚੋਂ ਕੱਟ ਕੇ ਸਰਕਾਰੀ ਖਜ਼ਾਨੇ ਚ ਪਾਵਾਂਗੇ ਉਹਦੀ ਗੱਲ ਹੀ ਨੀ ਕਰਦੇ ਨਾ ਕਾਗਲਸੀ ਕਰਨ ਨਾ ਕਾਲੀ ਕਰਨ ਕੈਪਟਨ ਸਾਹਿਬ ਤੋਂ ਵੀ ਕੁਝ ਲੋਕਾਂ ਨੇ ਫੇਰ ਕਰਾ ਲਿਆ ਕਿ ਨਹੀਂ ਜੀ ਇਹ ਤਾਂ ਜੇ ਬਾਦ ਲਾ ਗਿਆ ਉਹਨੇ ਫੇਰ ਇਹ ਲਾ ਦਈਆਂ ਮੁਕਤ ਖੋਰੀ ਦੀ ਆਦਤ ਇਹਨਾਂ ਸਾਰਿਆਂ ਨੇ ਰਲ ਕੇ ਪਾਈ ਨਵਜੋਤ ਸਿੰਘ ਸਿੱਧੂ ਦਾ ਫੈਸਲਾ ਉਸ ਵੇਲੇ ਭਾਵੇਂ ਸਾਨੂੰ ਲੱਗਦਾ ਸੀ ਕਿ ਇਹ ਅੜੀਲ ਰਵਈਆ ਕਿਉਂ ਅਪਣਾਇਆ ਨਵਜੋਤ ਸਿੱਧੂ ਨੇ ਕਿ ਜੀ ਮੈਂ ਬਿਜਲੀ ਵਿਭਾਗ ਨਹੀਂ ਲੈਣਾ ਸਤਾਨਕ ਸਰਕਾਰਾਂ ਵਿਭਾਗ ਮੈਂ ਛੱਡਣਾ ਨਹੀਂ ਹੈ ਪਰ ਅੱਜ ਉਹ ਫੈਸਲਾ ਦਰੁਸਤ ਵਿਖਦਾ ਆ ਜੀ ਜੇ ਨਵਜੋਤ ਸਿੰਘ ਸਿੱਧੂ ਉਹਨੂੰ ਲੈ ਲੈਂਦਾ ਤਾਂ ਹੁਣ ਤੱਕ ਜਿਹੜੇ ਪਿਛਲੀ ਸਰਕਾਰ ਨੇ ਸਮਝੌਤੇ ਕੀਤੇ ਰਿਓ ਖਲਾਰਾ ਪਾਇਆ ਹੁੰਦਾ ਉਨੇ ਸਰਕਾਰ ਦੱਸੇ ਕਿ ਜੇ 750 ਕਰੋੜ ਲੋਕਾਂ ਦਾ ਪੈਸਾ ਸੀ ਕੋਈ ਥੋੜਾ ਨਹੀਂ ਸੀ ਉਹ 750 ਕਰੋੜ ਫਿਰ ਬਾਦਲ ਸਰਕਾਰ ਨੇ ਕਿਉਂ ਖਰਚਿਆ ਇਹਦਾ ਸਰਕਾਰ ਜਵਾਬ ਦੇਵੇ ਕਿ ਜਦੋਂ ਅਕਾਲੀ ਦਲ ਕੱਲ ਜੈਤੋ ਵਾਲੇ ਪਾਸੇ ਆਪ ਵਿਰੋਧ ਕਰਨ ਗਿਆ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਮੂਹਰੇ ਤਾਂ ਲੋਕਾਂ ਨੇ ਉਹਨਾਂ ਨੂੰ ਭਜਾਏ ਕਿ ਤੁਸੀਂ ਭੱਜੋ ਇੱਥੋਂ ਕਹਿ ਤਾਂ ਬੀਬੀ ਜੀ ਨੇ ਦਿੱਤਾ ਉਹਦਾ ਨਾਲ ਫਾਰਮੂਲਾ ਦੇ ਦਿਓ ਕਹਿ ਤਾਂ ਬਹੁਤ ਕੁਝ ਦਿੰਦੇ ਨੇ ਕਹਤਾ ਉਹਨਾਂ ਕੋ ਅਮਰਿੰਦਰ ਸਿੰਘ ਨੇ ਵੀ ਕਹਤਾ ਸੀ ਘਰ ਘਰ ਨੌਕਰੀ ਐਨਾ ਕਰਜ਼ਾ ਮਾਫ ਕਰ ਦਾਂਗੇ ਕਦੇ ਦੇਖਿਆ ਸੀ ਵੀ ਭੜੂਲੇ ਚ ਦਾਣੇ ਨਹੀਂ ਤੇ ਤੁਸੀਂ ਦਿਓਗੇ ਕਿਤੋਂ ਅੱਜ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਸਰਦਾਰ ਜਸਪਾਲ ਸਿੰਘ ਢਿੱਲੋਂ ਹੋਣਾ ਨੇ ਨਾਮ ਦੱਸਿਆ ਖਬਰ ਤੋੜ ਕਹਿੰਦੇ ਖਬਰਾਂ ਦੀ ਤੋੜ ਮਰੋੜ ਕਰੀਏ ਤੇ ਇਹਨਾਂ ਨੂੰ ਸਮਝਾਈਏ ਲੋਕਾਂ ਨੂੰ ਡਿਟੇਲ ਦੇ ਵਿੱਚ ਵੀ ਜੋ ਖਬਰ ਤੋੜ ਤੋੜ ਕੇ ਪੜੀ ਜਾਵੇ ਤਾਕੀ ਨੇ ਇੰਟਰਸਟਿੰਗ ਹੁੰਦੀ ਆ ਅਦਰਵਾਈਜ਼ ਅੱਜ ਕੱਲ ਦੇ ਯੁੱਗ ਦੇ ਵਿੱਚ ਤਾਂ ਇਸ ਕਦਰ ਖਬਰਾਂ ਪੜੀਆਂ ਜਾਂਦੀਆਂ ਨੇ ਕਿ ਫੋਨ ਚੱਕਿਆ ਕੇ ਆਹ ਹੈਡਲਾਈਨ ਪੜੀ ਤੇ ਖਤਮ ਕਹਾਣੀ ਪਹਿਲਾਂ ਹੁੰਦਾ ਸੀ ਜੀ ਐਡੀਟੋਰੀਅਲ ਵੀ ਪੜ ਲਓ ਤੇ ਖਬਰ ਵੀ ਪੂਰੇ ਡਿਟੇਲ ਚ ਪੜੋ ਪੁਰਾਣੇ ਬਜ਼ੁਰਗ ਤੁਸੀਂ ਅੱਜ ਵੀ ਦੇਖਦੇ ਹੋਵੋਗੇ ਜਦ ਤੱਕ ਅਖਬਾਰ ਪੂਰਾ ਪੜ ਨਹੀਂ ਲੈਂਦੇ ਤੇ ਉਦੋਂ ਤੱਕ ਉਹਨਾਂ ਨੂੰ ਚੈਨ ਨਹੀਂ ਜਾਂਦਾ ਉਹਨਾਂ ਨੂੰ ਐ ਹੁੰਦਾ ਵੀ ਸਾਰੇ ਅਖਬਾਰ ਜਿੰਨੇ ਸਾਡੇ ਸਾਹਮਣੇ ਪਏ ਆ ਉਹ ਸਾਰੇ ਪੜ ਲਈਏ ਸੀ ਤੇ ਢਿੱਲੋ ਸਾਹਿਬ ਨਾਮ ਬਹੁਤ ਸੋਹਣਾ ਸੁਝਾਇਆ ਆ ਤਿਆਰ ਤੁਹਾਡੇ ਟੌਪਿਕ ਕਿਹੜੇ ਰੱਖੀਏ ਜੀ ਟੌਪਿਕ ਹੋਇਆ ਜੀ ਪਹਿਲਾਂ ਤਾਂ ਬਿਜਲੀ ਦਾ ਸੰਕਟ ਜਿਹੜਾ ਸਾਰੇ ਪੰਜਾਬ ਦੇ ਵਿੱਚ ਪਾਇਆ ਹੋਇਆ ਸਭ ਤੋਂ ਮੇਨ ਹੈ ਇੱਕ ਪਤਾ ਲੱਗਿਆ ਕਿ ਸਰਕਾਰ ਹੁਣ ਅ ਜਿਹੜੀ ਸੁਪਰੀਮ ਕੋਰਟ ਜਾ ਰਹੀ ਸੁਪਰੀਮ ਕੋਰਟ ਜਾ ਰਹੀ ਕੋ ਆਪਣਾ ਕੋਟਕੂਰਾ ਜਿਹੜਾ ਕਾਂਡਾ ਗੁਲੀ ਕਾਂਡਾ ਹੈ ਉਸ ਮਾਮਲੇ ਦੇ ਵਿੱਚ ਜਿੱਥੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਕਿਹਾ ਗਿਆ ਸੀਗਾ ਕਿ ਇਹਨਾਂ ਨੇ ਜਾਂਚ ਠੀਕ ਨਹੀਂ ਕੀਤੀ ਉਸੇ ਕੁਮਰ ਵਿਜੇ ਪ੍ਰਤਾਪ ਨੇ ਜਦੋਂ ਕਿਹਾ ਕਿ ਮੈਂ ਸੁਪਰੀਮ ਕੋਰਟ ਜਾਵਾਂਗਾ ਪਤਾ ਲੱਗਿਆ ਕਿ ਹੁਣ ਸਰਕਾਰ ਵੀ ਉਧਰ ਨੂੰ ਜਾਣ ਦਾ ਮਾਰ ਬਣਾ ਰਿਆ ਭਾ ਜਦੋਂ ਸਾਰਾ ਕੁਝ ਲੰਘ ਗਿਆ ਆ ਪਛਤਾਇਆ ਹੋਇਆ ਚਿਕੜੀਆਂ ਚੁਗਲੇ ਖੇਤ ਜਦੋਂ ਪਹਿਲੇ ਦਿਨ ਤੋਂ ਅੱਧੀ ਪਤਾ ਨਹੀਂ ਸਰਕਾਰ ਦਾ ਕੀ ਹੈ ਤੋਏ ਤੋਂ ਇੱਕ ਰਾਉਂਡ ਤੋਂ ਬਾਅਦ ਕਿਸੇ ਪਾਸੇ ਨੂੰ ਤੁਰਦੇ ਨੇ ਇਹ ਕਾਫੀ ਉਹ ਦੂਸਰਾ ਜਿਹੜੀਆਂ ਕੱਲ ਸਾਰੀਆਂ ਜਥੇਬੰਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਵੇਂ ਕਾਂਗਰਸ ਹੈ ਅਕਾਲੀ ਦਲ ਹੈ ਇਹਨਾਂ ਸਾਰਿਆਂ ਨੇ ਵੱਧਦੀ ਮਹਿੰਗਾਈ ਤੇ ਬਿਜਲੀ ਦੇ ਮਾਮਲੇ ਦੇ ਵਿੱਚ ਧਰਨੇ ਵੀ ਜਿਹੜੇ ਦਿੱਤੇ ਆ ਉਹਦੇ ਵਿੱਚ ਵੀ ਗੱਲ ਕਰਨੀ ਬੰਦੀ ਹੈਗੀ ਜੀ ਇਹ ਕੰਪਾਸੇ ਮੈਂ ਦੱਸਣਾ ਚਾਹੂਗਾ ਦਰਸ਼ਕਾਂ ਨੂੰ ਕਿ ਨਵਜੋਤ ਸਿੰਘ ਸਿੱਧੂ ਹੋਣਾ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਤਰੀਕਾ ਦੱਸਿਆ ਹੈ ਕਿ ਬਿਜਲੀ ਸੰਕਟ ਚੋਂ ਕਿਸ ਤਰ੍ਹਾਂ ਨਿਕਲਿਆ ਜਾਵੇ ਤੇ ਉਹ ਅਕਸਰ ਟਵੀਟ ਕਰਕੇ ਜਾਂ YouTube ਦੇ ਉੱਤੇ ਮੀਡੀਆ ਰਾਹੀਂ ਮੈਸੇਜੇਸ ਕਨਵੇ ਕਰਦੇ ਨੇ ਤੇ ਉਹਨਾਂ ਦਾ ਮੈਸੇਜ ਕਿੰਨੀ ਇੱਕ ਗੰਭੀਰਤਾ ਨਾਲ ਕੈਪਟਨ ਸਰਕਾਰ ਲੈਂਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਣਾ ਦੇ ਖਿਲਾਫ ਵੀਕੋ ਦੇ ਅਫਸਰਾਂ ਨੇ ਖਬਰਾਂ ਨੂੰ ਖਬਰਾਂ ਦਿੱਤੀਆਂ ਨੇ ਬਿਜਲੀ ਵਿਭਾਗ ਦੇ ਅਫਸਰਾਂ ਨੇ ਕਿ ਉਹਨਾਂ ਦੇ ਵੱਲ ਵੀ 8 ਲੱਖ ਤੋਂ ਉੱਤੇ ਦਾ ਬਕਾਇਆ ਖੜਾ ਆ ਜਿਹੜਾ ਉਹਨਾਂ ਦਾ ਅਮਰitsar ਰਹਾਇਸ਼ ਹੈ ਸੋ ਇਹ ਸਾਰੀ ਗੱਲ ਦੇ ਉੱਤੇ ਚਰਚਾ ਕਰਾਂਗੇ ਖਬਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰਾਂਗੇ ਕਿ ਇੱਕਦਮ ਅੱਜ ਹੀ ਕਿਉਂ ਇਹ ਗੱਲ ਖੜੀ ਹੋ ਗਈ ਕਿ ਭਾਈ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਖਿਲਾਫ 874000 ਜਾਂ ਕਿੰਨੇ ਰੁਪਏ ਬਕਾਇਆ ਨੇ ਇਹ ਪਹਿਲਾਂ ਕਿਉਂ ਨਹੀਂ ਸੀ ਪਹਿਲਾਂ ਬਿਜਲੀ ਬੋਰਡ ਸੁੱਤਾ ਪਿਆ ਸੀ ਜਿਹਨੂੰ ਅਸੀਂ ਅੱਜਕੱਲ ਪੀਐਸਪੀਸੀਐਲ ਕਹਿੰਦੇ ਆ ਜੀ ਈਟਲ ਨੂੰ ਸਾਹ ਤੋੜ ਕੇ ਦੱਸਿਓ ਜੀ ਖਬਰ ਆ ਇਹ ਹਾਂਜੀ ਹਾਂਜੀ ਮੈਂ ਤੁਹਾਨੂੰ ਇਹਦਾ ਦੱਸਦਾ ਜੀ ਅਸਲ ਦੇ ਵਿੱਚ ਸਾਰੀਆਂ ਸਰਕਾਰਾਂ ਨੇ ਬਿਜਲੀ ਬੋਰਡ ਦੇ ਨਾਲ ਮਜਾਕਾਂ ਕੀਤੀਆਂ ਨੇ ਸਰਕਾਰਾਂ ਨੇ ਕੀ ਕੀਤਾਗਾ ਕਿ ਮਤਲਬ ਜਦੋਂ ਵੀ ਕੋਈ ਆਇਆ ਸ਼ੁਰੂਆਤ ਹੁੰਦੀ ਹੈ 1996 ਤੋਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਜੇ ਅਸੀਂ ਆ ਗਏ ਨਾ ਤਾਂ ਕਿਸਾਨਾਂ ਨੂੰ ਮੁਕਤ ਬਿਜਲੀ ਦੇ ਦੇਵਾਂਗੇ ਇਹ ਮੁਕਤ ਖੋਰੀ ਉੱਥੋਂ ਸ਼ੁਰੂ ਹੋਈ ਹੈ ਉਦੋਂ ਪਹਿਲਾਂ ਨਹੀਂ ਸੀ ਉਸ ਤੋਂ ਬਾਅਦ ਬੀਬੀ ਪਠੱਲ ਨੇ ਉਹਨਾਂ ਦੇ ਕੁਝ ਮਹੀਨੇ ਰਹਿੰਦੇ ਸੀ ਸਰਕਾਰ ਦੇ ਉਹਨਾਂ ਨੇ ਚੱਕ ਕੇ ਸੱਤ ਕਿੱल्ल्याਵਾਲਿਆਂ ਦੀ ਬਿਜਲੀ ਮਾਫ ਕਰਤੀ ਕੋਈ ਗੱਲ ਵੀ ਸਮਝ ਆਉਂਦੀ ਸੀ ਵੀ ਚਲ ਜਰ ਸੱਤ ਕਿੱल्ल्या ਤੱਕ ਰਹਿ ਬਾਦਲ ਸਾਹਿਬ 1997 ਦੇ ਵਿੱਚ ਆਏ ਉਹਨਾਂ ਨੇ ਹੁਣੇ ਹੀ ਫੇਰ ਤੱਕ ਇਹ ਸਾਰੀ ਬਿਜਲੀ ਜਿਹੜੀ ਆ ਉਹ ਮਾਫ ਹੁਣ ਜਿਹੜਾ ਉਹ ਭਾਰ ਆਪਣੇ ਸਿਰ ਤੇ ਪਾਇਆ ਉਹਦਾ ਖਮਿਆਜਾ ਅੱਜ ਅਰਵਿੰਦਰ ਜੀ ਅਸੀਂ ਭੁਗਤ ਰਹੇ ਹਾਂ बार-बार ਰੂਪ ਦੇ ਵਿੱਚ ਉਸ ਤੋਂ ਪਹਿਲਾਂ ਬਿਜਲੀ ਬੋਰਡ ਤਕਰੀਬਨ ਤਕਰੀਬਨ ਮੁਨਾਫੇ 'ਚ ਚੱਲਦਾ ਹੁੰਦਾ ਸੀ ਅੱਜ ਕਿਉਂਕਿ ਸਿਆਸੀ ਲਾਲਸਾਵਾਂ ਸੀਗੀਆਂ ਆਪਣੀਆਂ ਲਾਲਸਾਵਾਂ ਸੀ ਕਈਆਂ ਨੇ ਤਾਂ ਕਿਹਾ ਕਿ ਆਪਣੀਆਂ ਜਿਹੜੀਆਂ ਪੰਜਾਬ ਜਾਂ 100-100 ਵੋਟਰਾਂ ਨੇ ਉਹਨਾਂ ਦਾ ਬਰਤਲਬ ਜੋੜ-ਤੋੜ ਕੱਢਿਆ ਇਹਨਾਂ ਨੇ ਉਹ ਖਬਰ ਤੋੜਨ ਦੇ ਵਿੱਚ ਏਸੇ ਕਰਕੇ ਆਉਂਦਾ ਕਿ ਆਪ ਦਾ ਮਹੀਨੇ ਦਾ ਕਿੰਨਾ ਅਸੀਂ ਬਚਾਲਿਆ ਉਸ ਤੋਂ ਬਾਅਦ ਲਗਾਤਾਰ ਬਿਜਲੀ ਬੋਰਡ ਦੇ ਘਾਟੇ 'ਚ ਜਾਂਦਾ ਰਿਹਾ 19 ਮੈਨੂੰ ਯਾਦ ਆ ਵੀ 2005 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਜਲੀ ਬਿੱਲ ਦੁਬਾਰਾ ਲਾਤੀ ਸੀ ਇੱਕ ਤਾਂ ਬਹੁਤ ਹੀ ਸਸਤੇ ਸੀ 57 58 ਰੁਪਏ ਪਰ ਹਾਰਸ ਪਾਵਰ ਇਹ ਬਿੱਲ ਲਾਏ ਗਏ ਸੀ ਔਰ 2006 ਦੀ ਜਿਹੜੀ ਬੈਲੈਂਸ ਸ਼ੀਟ ਹੈ ਬਿਜਲੀ ਨਿਗਮ ਦੀ ਉਹਦੇ ਵਿੱਚ ਬਿਜਲੀ ਬੋਰਡ ਕੁਝ ਕਰੋੜ 200 ਜਾਂ 100 ਕਰੋੜ ਪ੍ਰਾਪਰਟੀ ਚ ਆ ਗਿਆ ਸੀ ਲਾਭ ਚ ਆ ਗਿਆ ਸੀ ਲੇਕਿਨ ਕੈਪਟਨ ਸਾਹਿਬ ਤੋਂ ਵੀ ਕੁਝ ਲੋਕਾਂ ਨੇ ਫੇਰ ਕਰਾ ਲਿਆ ਕਿ ਨਹੀਂ ਜੀ ਇਹ ਤਾਂ ਜੇ ਬਾਦ ਲਾ ਗਿਆ ਉਹਨੇ ਫੇਰ ਇਹ ਲਾ ਦੀਆਂ ਮੁਕਤ ਖੋਰੀ ਦੀ ਆਦਤ ਇਹਨਾਂ ਸਾਰਿਆਂ ਨੇ ਰਲ ਕੇ ਪਾਈ ਜਿਹਦਾ ਅੱਜ ਨਤੀਜਾ ਇਹ ਨਿਕਲਿਆ ਕਿ ਵੱਡੇ ਵੱਡੇ ਜਿਹੜੇ ਸਮਝੌਤੇ ਅਸੀਂ ਕੀਤੇ ਬਿਜਲੀ ਕਿਸਾਨਾਂ ਨੂੰ ਚਾਹੀਦੀ ਕਿੰਨੀ ਹੈ ਆ ਜਿਹੜੇ ਝੋਨੇ ਦਾ 3 ਮਹੀਨੇ ਨੇ ਬਾਕੀ 9 ਮਹੀਨੇ ਦਾ ਕਣਕ ਨੂੰ ਜਿੰਨੇ ਕੁ ਪਾਣੀ ਲੱਗਦੇ ਨੇ ਉਹ ਵੀਰ ਹੋ ਜਾਂਦੇ ਨੇ ਹੁਣ ਸਮੱਸਿਆ ਕਿੱਥੇ ਆ ਕੇ ਖੜ ਗਈ ਅਰਵਿੰਦਰ ਜੀ ਇਹਨਾਂ ਦਾ ਜਿਹੜਾ 4500 ਮੈਗਾਵਾਟ ਬੰਦ ਦਾ ਤਾਪ ਬਿਜਲੀ ਘਰਾਂ ਦਾ ਭਾਵੇਂ ਉਹ ਹੈਗੇ ਨੇ ਸਰਕਾਰੀ ਜਾਂ ਨਿੱਜੀ ਹੁਣ ਇਹਨਾਂ ਨੇ ਗੰਭੀਰਤਾ ਇਸ ਕਰਕੇ ਨਹੀਂ ਦੇਖੀ ਤਲਵੰਡੀ ਸਾਬੋ ਦਾ ਇੱਕ ਜੁਨਟ ਅਜੇ ਵੀ ਬੰਦ ਖੜਾ ਹੈਗਾ ਲੋਕ ਵੱਖ-ਵੱਖ ਚੈਨਲਾਂ ਤੇ ਮਾਧਿਅਮਾਂ ਤੇ ਇਹਨਾਂ ਪੋਲੀਟੀਸ਼ੀਅਨਾਂ ਨੂੰ ਬਹਾਲ ਲੈਂਦੇ ਆ ਜਿਨ੍ਹਾਂ ਨੂੰ ਬਿਜਲੀ ਬੋਰਡ ਦਾ ਇੱਲ ਤੇ ਕੁੱਕੜ ਨਹੀਂ ਪਤਾ ਹੈਗਾ ਮਤਲਬ ਉਹ ਆਪਣੀ ਭਾਸ਼ਾ 'ਚ ਗੱਲ ਕਰਦੇ ਆ ਉਹ ਜਿਹੜਾ ਤਲਵੰਡੀ ਸਾਹਿਬ ਉਹ ਨਹੀਂ ਚੱਲ ਰਿਹਾ ਇੱਕ ਐਸ ਤੋਂ ਵੀ ਹੈਰਾਨ ਕਰ ਦੇਣ ਵਾਲੀ ਗੱਲ ਉਹ ਵੀ ਖਬਰ ਦਾ ਇੱਕ ਤੋੜ ਹੈ ਕਿ ਪਿਛਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਬਠਿੰਡੇ ਦੇ ਤਾਪ ਬਿਜਲੀ ਘਰ ਤੇ 750 ਕਰੋੜ ਰੁਪਇਆ ਖਰਚ ਕੇ ਨਵਾਇਆ ਉਹਨੂੰ ਤੇ 2030 ਤੱਕ ਉਹਦਾ ਪੈਦਾ ਕਰ ਲਿਆ ਕਿ 2030 ਤੱਕ ਉਹ ਸਾਨੂੰ بجلی ਦੇਵੇਗਾ ਹੋਰ ਤੁਸੀਂ ਦੇਖੋ ਇੱਕ ਪਾਸੇ ਜੋਰ-ਸ਼ੋਰ ਨਾਲ ਪ੍ਰਚਾਰ ਹੁੰਦਾ 1669 ਦਾ ਕਿ ਗੁਰੂ ਨਾਨਕ ਦੇਵ ਜੀ ਦੇ ਜਿਹੜਾ 500 ਸਾਲਾ ਸੀ ਉਹਦੇ ਉੱਤੇ ਇਹ ਬਟਿੰਡੇ ਵਾਲੇ ਤਾਪ ਬਿਜਲੀ ਕਰਦਾ ਨਹੀਂ ਪੱਥਰ ਰੱਖਿਆ ਤੇ ਜਦੋਂ 2019 ਦੇ ਵਿੱਚ ਅਸੀਂ ਇਹਦਾ 550 ਸਾਲਾ ਬਣਾ ਰਹੇ ਹਾਂ ਉਦੋਂ ਇਸ ਤਾਪ ਬਿਜਲੀ ਘਰ ਦਾ ਇਹ ਸਰਕਾਰ ਨੇ ਭੋਗ ਪਾਤਾ ਹੁਣ ਇਹ ਸਰਕਾਰ ਦੱਸੇ ਕਿ ਜਿਹੜਾ 750 ਕਰੋੜ ਲੋਕਾਂ ਦਾ ਪੈਸਾ ਸੀ ਕੋਈ ਥੋੜਾ ਨਹੀਂ ਸੀ ਜਿਹਦੀ ਗੱਲ ਹੋਰ ਉੱਥੋਂ ਦੀ ਜਿਹੜੀ ਸਰੂਪ ਚੰਦ ਸਿੰਘਾ ਨੇ ਮਸਲਾ ਠਾਇਆ ਕਿ ਉੱਥੋਂ ਸਵਾ ਚੱਕ ਚੱਕੇ ਵੇਚੀ ਜਾਂਦੇ ਨੇ ਹਰਵਿੰਦਰ ਜੀ ਇਹ ਜਿਹੜਾ ਮਾਮਲਾ ਸੀਗਾ 19 ਦੇ ਵਿੱਚ ਅਸੀਂ 550 ਸਾਲਾ ਤੇ ਭੋਗ ਪਾਤਾ ਉਹ 750 ਕਰੋੜ ਫਿਰ ਬਾਦਲ ਸਰਕਾਰ ਨੇ ਕਿਉਂ ਖਰਚਿਆ ਇਹਦਾ ਸਰਕਾਰ ਜਵਾਬ ਦੇਵੇ ਕਿ ਜੇ ਤੁਸੀਂ ਚਲਾਉਣਾ ਨਹੀਂ ਸੀ ਜਦੋਂ 2030 ਤੱਕ ਉਹ ਚਲਾਇਆ ਜਾ ਸਕਦਾ ਸੀ ਫਿਰ ਸਰਕਾਰ ਨੇ ਕਿਹਾ ਵੀ ਅਸੀਂ ਇਹਦਾ 100 ਮੈਗਾਵਾਟ ਪਰਾਲੀ ਤੇ ਚਲਾਵਾਂਗੇ ਉਹ ਹੁਣ ਪਰਾਲੀ ਐਲ ਦਾ ਹੀ ਭੋਗ ਪਾਤਾ ਜਿਹੜੀ ਚੀਜ਼ ਜਿਸ ਪਰਪਸ ਲਈ ਵਰਤੀ ਗਈ ਦਿਓ ਨਹੀਂ ਤਾਲਕੋ ਨੂੰ ਮੋੜੋ ਉਹਨਾਂ ਦੀ ਜ਼ਮੀਨ ਉਸੇ ਭਾਅ ਦੇ ਉੱਤੇ ਮੋੜੋ ਸੋ ਜਿਹੜੀ ਇਹਨਾਂ ਦੀ ਮਿਸਮੈਨੇਜਮੈਂਟ ਹੈ ਪਿਛਲੀ ਸਰਕਾਰ ਜਦੋਂ ਇਹ ਇਸ ਤਰ੍ਹਾਂ ਦੇ ਸਮਝੌਤੇ ਕਰਨ ਲੱਗੀ ਸੀ ਤਾਂ ਬਿਜਲੀ ਬੋਰਡ ਇੰਜੀਨੀਅਰ ਐਸੋਸੀਏਸ਼ਨ ਨੇ ਉਹਨਾਂ ਦੀ ਜਿਹੜੀ ਉਸ ਵੇਲੇ ਦੀ ਟੀਮ ਸੀ ਉਹਨਾਂ ਨੇ ਸਰਕਾਰ ਨਾਲ ਗੱਲ ਕੀਤੀ ਜਦਕਿ ਨਾ ਕਰੋ ਜਦਕਿ ਅੰਗਰੇਜ਼ਾਂ ਵੇਲੇ ਦੇ ਬਣੇ ਹੋਏ ਬਿਜਲੀ ਘਰ ਜਿੱਦਾਂ ਜੁਗਿੰਦਰ ਨਗਰ ਵਾਲਾ ਹੈ ਜਿਹੜਾ ਬੈਟਰੀ ਹੁਣਾਂ ਨੇ ਬਣਾਇਆ ਉਹ ਅੱਜ ਤੱਕ ਚੱਲ ਰਹੇ ਨੇ ਔਰ ਸਸਤੀ ਬਿਜਲੀ ਉਥੇ 20 ਪੈਸੇ 25 ਪੈਸੇ ਪਰ ਯੂਨਿਟ ਮੈਂ ਉਸੇ ਗਲਤੀ ਆ ਰਿਹਾ ਤੁਹਾਡੇ ਤੇ ਉਹ ਜੇ ਤੁਸੀਂ ਪਰਾਲੀ ਤੇ ਕੀਤਾ ਹੁੰਦਾ ਪਰਾਲੀ ਤੇ ਇੱਕਦਾਂ ਚੱਲਦਾ ਪਰਾਲੀ ਵਾਲਾ ਜੇ ਰਵਿੰਦਰ ਜੀ ਚੱਲਿਆ ਹੁੰਦਾ ਤਾਂ ਘੱਟੋ ਘੱਟ 5-6 ਜ਼ਿਲ੍ਹਿਆਂ ਦੀ ਪਰਾਲੀ ਉਥੇ ਖਫਤ ਹੋ ਜਾਂਦੀ ਨਾਲ ਤਾਂ ਪ੍ਰਦੂਸ਼ਣ ਤੋਂ ਬਚਦੇ ਜਿਹੜੀਆਂ ਅੱਗਾਂ ਲੱਗਦੀਆਂ ਨੇ ਉਹ ਬਚ ਸਕਦੇ ਸੀਗੇ ਉਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਤੁਸੀਂ ਗੱਲ ਕੀਤੀ ਹੈ ਸ਼ਾਨਾਂ ਦੇ ਜੋਗਿੰਦਰ ਨਗਰ ਦੀ ਜੋਗਿੰਦਰ ਨਗਰ ਦੇ ਵਿੱਚ ਉਹ ਕਰਨਾਲ ਬੈਠੀ ਸੀ ਜਿਨੇ ਇਸ ਨੋਮ ਬਣਾਇਆ 2 1905 ਦੇ ਵਿੱਚ ਇਹ ਕੰਮ ਸ਼ੁਰੂ ਹੋਇਆ ਸੀ ਤੇ 1925 ਦੇ ਵਿੱਚ ਇਹ ਬਿਜਲੀ ਘਰ ਸਥਾਪਿਤ ਹੋ ਗਿਆ ਸੀ ਉਸ ਕਰਨਾਲ ਬੈਠੀ ਨੇ ਜੋਗਿੰਦਰ ਨਗਰ ਤੋਂ ਲੈ ਕੇ ਪਠਾਨਕੋਟ ਤੱਕ 18 ਥਾਮਾਂ ਦੀ ਚੋਣ ਕੀਤੀ ਸੀ ਜਿੱਥੇ ਇਹ ਬਿਜਲੀ ਪੈਦਾ ਹੋ ਸਕਦੀ ਸੀ ਉਸ ਵੇਲੇ ਪੂਰੇ ਪੰਜਾਬ ਦਾ ਜਿਹੜਾ ਬਿਜਲੀ ਦਾ ਲੋਡ ਸੀ ਉਹ 10 ਮੈਗਾਵਾਟ ਸੀ ਉਹਨੇ 16 ਮੈਗਾਵਾਟ ਬਣਾਤੀ ਰੌਲਾ ਪਾ ਲਿਆ ਵੀ ਸਾਨੂੰ ਚਾਹੀਦੀ 10 ਸਤੋਂ 16 ਬਣਾਤੀ ਮਤਲਬ ਉਥੋਂ ਤੱਕ ਇਹ 18 ਤਰਫ ਜਿਹੜੇ ਸੀਗੇ ਪਣ ਬਿਜਲੀ ਘਰ ਆ ਸਕਦੇ ਸੀ ਜਦੋਂ ਰਣਜੀਤ ਸਾਗਰ ਟਾਈਮ ਬਣਾਇਆ ਇਹਨਾਂ ਨੇ ਕੈਪਟਨ ਸਾਹਿਬ ਦੀ ਸਰਕਾਰ ਸੀ ਅਧਿਆਨੇ ਆ ਕੇ ਰੌਲਾ ਪਾ ਲਿਆ ਜਿਉ 5200 ਕਰੋੜ ਲੱਗ ਗਿਆ ਜੀ ਜਦੋਂ 1982 'ਚ ਬਾਲ ਮੰਤਰੀ ਸੀ ਨਾ ਸਰਦਾਰ ਬਿਆਨ ਸਿੰਘ ਉਦੋਂ ਇਹਦਾ ਪ੍ਰੋਜੈਕਟ ਚੱਲਦਾ ਸੀ ਔਰ ਸਿਰਫ 800 ਕਰੋੜ ਦਾ ਸੀ ਉਹ 800 ਕਰੋੜ ਅਸੀਂ ਨਹੀਂ ਕੀਤਾ ਉਹਦੇ ਥੱਲੇ ਕਹਤਾ ਇੱਥੇ ਆ ਕੇ ਕਿ ਉਹਦੀ ਤਾਂ ਜੀ ਬਿਜਲੀ ਜਿਹੜੀ ਹੈ 11 ਰੁਪਏ ਯੂਨਿਟ ਪੈਂਦੀ ਹੈ ਉਹ ਤਾਂ ਪ੍ਰੋਜੈਕਟ ਕਾਸਟ ਸੀ ਨਾ ਹੁਣ ਪੁੱਛੋ ਕਿੰਨੇ 'ਚ ਪੈਂਦੀ ਹੈ ਜਿਉਂ-ਜਿਉਂ ਗਿਆ ਉਸ ਤੋਂ ਬਾਅਦ ਇਨਪੁੱਟ ਤਾਂ ਕੋਈ ਨਹੀਂ ਨਾ ਪਾਣੀ ਨਾਲ ਚੱਲ ਰਿਹਾਗਾ ਉਹਦੇ ਥੱਲੇ ਇੱਕ ਹੋਰ ਬਣਨਾ ਹੈ ਇੱਕ ਹੋਰ ਬਣਨਾ ਹੈ 200 ਮੈਗਾਵਾਟ ਦਾ ਜਿੱਦਨ ਉਹ ਬਣ ਗਿਆ ਜਿਹੜਾ ਪਾਣੀ ਤੁਹਾਡਾ ਇਹਦਾ ਰਾਵੀ ਦਾ ਪਾਕਿਸਤਾਨ ਨੂੰ ਜਾਂਦਾ ਉਹ ਰੁਕ ਜਾਏਗਾ ਸ ਨਾਲ ਤਾਂ ਇਰੀਗੇਸ਼ਨ ਦਾ ਕੰਮ ਆਏਗਾ ਤੁਸੀਂ ਹੈਰਾਨ ਇਸ ਗੱਲ ਤੋਂ ਹੋਵੋ ਵੀ ਜਿਹੜਾ ਪੰਜਾਬ ਪਾਣੀਆਂ ਦਾ ਰਾਜਾ ਹੈ ਪਾਣੀਆਂ ਦਾ ਰਾਜਾ ਖਵਾਉਂਦਾ ਸੀ ਉਹਦੀ ਖੇਤੀ 73% ਵੱਦੋ ਤੇ ਲੋ ਧਰਤੀ ਹੇਠਲੇ ਪਾਣੀ ਤੇ ਹੋ ਰਹੀ ਹੈ ਟਿਊਬਵਲਿਆਂ ਤੇ 14.5 ਲੱਖ ਟਿਊਬਵਲ ਨੇ ਜਿਹੜੇ ਤੇ 27% ਸਰਫ ਹੋ ਰਹੀ ਹੈਗੀ ਇਰੀਗੇਸ਼ਨ ਦਾ ਪਟਲਾ ਸਾਹਿਬ ਮੈਨੂੰ ਇੱਕ ਬੜੀ ਸਿਆਣੀ ਗੱਲ ਲੱਗੀ ਆ ਕਾਲੀਆਂ ਨੇ ਕੱਲ ਬਿਆਨ ਦਿੱਤਾ ਹੈ ਹਰਸਿਮਰਤ ਕੌਰ ਦਾ ਬਿਆਨ ਅੱਜ ਅਖਬਾਰਾਂ ਦੇ ਵਿੱਚ ਲੱਗਿਆ ਹੋਇਆ ਹੈ ਕਿ ਅਸੀਂ ਜੇ ਸਾਡੀ ਸਰਕਾਰ ਆ ਜਾਂਦੀ ਹੈ ਤਾਂ ਸਾਰੇ ਪੰਜਾਬ ਨੂੰ ਨਹਿਰੀ ਪਾਣੀ ਦੇਵਾਂਗੇ ਪਹਿਲਾਂ ਤੁਹਾਨੂੰ ਰੋਕਿਆ ਸੀ ਹਾਂ ਪਹਿਲਾਂ ਕਿਸੇ ਨੇ ਨਹੀਂ ਰੋਕਿਆ ਪਰ ਕਿਸੇ ਨੇ ਕਿਸੇ ਨੇ ਰੋਕਿਆ ਸੀਗਾ ਵੀ ਤੁਸੀਂ ਨਾ ਹੀ ਪਾਣੀ ਦਿਓਗੇ ਤੁਹਾਡੇ ਕੋਲ ਨਹਿਰੀ ਪਾਣੀ ਦੇਣ ਦੀ ਸਮਰੱਥਾ ਹੈ ਇੱਕ ਤਾਂ ਇਹ ਸਭ ਤੋਂ ਵੱਡਾ ਗੱਲ ਚੱਲ ਰਿਹਾ ਦੂਜੀ ਗੱਲ ਰਵਿੰਦਰ ਮਤਲਬ ਟੈਕਨੀਕਲ ਬੰਦੇ ਨੂੰ ਇਸ ਪੋਸਟ ਤੇ ਲਾਉਣਾ ਚਾਹੀਦਾ ਜਿਹਨੂੰ ਨੌਲੇਜ ਹੋਵੇ ਹੁਣ ਜਦੋਂ ਇਹ ਸਮਝੌਤੇ ਹੋਏ ਸੀ ਉਦੋਂ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਸੀ ਤੇ ਜਦੋਂ ਹੁਣ ਹੁਣ ਵੀ ਮਨਪ੍ਰੀਤ ਸਿੰਘ ਉਹੀ ਮੇਨੂ ਪ੍ਰਸ਼ਾਦ ਉਦੋਂ ਉੱਥੇ ਚੇਅਰਮੈਨ ਸੀ ਤੇ ਹੁਣ ਵੀ ਚੇਅਰਮੈਨ ਉਹੀ ਹੈ ਕਹਤਾ ਬੀਬੀ ਜੀ ਨੇ ਦਿੱਤਾ ਉਹਦਾ ਨਾਲ ਫਾਰਮੂਲਾ ਦੇ ਦਿਓ ਕਹਤਾ ਬਹੁਤ ਕੁਛ ਦਿੰਦੇ ਨੇ ਕਹਤਾ ਹੁਣ ਅਮਰਿੰਦਰ ਸਿੰਘ ਨੇ ਵੀ ਕਹਤਾ ਸੀ ਘਰ ਘਰ ਨੌਕਰੀ ਇੰਨਾ ਕਰਜ਼ਾ ਮਾਫ਼ ਕਰ ਦਾਂਗੇ ਕਦੇ ਦੇਖਿਆ ਸੀ ਵੀ ਭੜੋਲੇ ਚ ਦਾਣੇ ਨਹੀਂ ਤੇ ਤੁਸੀਂ ਦਿਓਗੇ ਕਿ ਘਰ ਦਾਣੇ ਨਹੀਂ ਮਾਪੀਨ ਚੱਲੀ ਐ ਇਹ ਕਹਾਵਤਾਂ ਜਿਹੜੀਆਂ ਨੇ ਐਵੇਂ ਨਹੀਂ ਬਣੀਆਂ ਲੋਕਾਂ ਦੇ ਨਾਲ ਬਣੀਆਂ ਨੇ ਅੱਜ ਜਿਹੜੀ ਹੁਣ ਤੁਸੀਂ ਨਵਜੋਤ ਸਿੱਧੂ ਦਾ ਮਾਮਲਾ ਠਾਇਆ ਉਹ ਕਹਿੰਦੇ ਆ ਸਿੱਧੂ ਸਾਹਿਬ ਨੇ ਜਿਹੜਾ ਮਾਮਲਾ ਠਾਇਆ ਉਹ ਕਹਿੰਦੇ ਵੀ ਕੌਮੀ ਜਿਹੜੀ ਔਸਤ ਨਾਲ ਬਿਜਲੀ ਦੀ ਖਰੀਦ ਦੀ ਉਹ 3 ਰੁਪਏ 85 ਪੈਸੇ ਹੈ ਜੀ ਤੇ ਪੰਜਾਬ ਦੀ 4 ਰੁਪਏ 54 ਪੈਸੇ ਕਿਉਂ ਚੰਡੀਗੜ੍ਹ ਦੀ ਵੀ ਜਿਹੜੀ ਹੈਗੀ ਆ ਉਹਨਾਂ ਨੇ ਦੱਸਿਆਗਾ ਤਨ ਰੁਪਏ 44 ਪੈਸੇ ਹੈ ਤੇ ਜਿਹੜਾ ਪੰਜਾਬ ਬਿਜਲੀ ਇਸ ਵੇਲੇ ਖਰੀਦ ਰਿਹਾ 5 ਤੋਂ ਲੈ ਕੇ 8 ਰੁਪਏ ਪ੍ਰਤੀ ਯੂਨਟ ਕੀtre ਖਰੀਦ ਰਿਹਾ ਹੈਗਾ ਇੰਨੀ ਮਹਿੰਗੀ ਲੈ ਕੇ ਸਸਤੀ ਕਿਵੇਂ ਦਿੱਤੀ ਜਾ ਸਕਦੀ ਹੈ ਦਿੱਲੀ ਦੀ ਸਬਸਿਡੀ 1699 ਕਰੋੜ ਹੈ ਤੇ ਪੰਜਾਬ ਦੀ ਸਬਸਿਡੀ 9000 ਕਰੋੜ ਹੈ ਤੇ 9000 ਕਰੋੜ ਆਲੇ ਆਉਂਗੇ ਕਿੱਥੋਂ ਕਿਹੜੇ ਪਾਸੇ ਜਿਹੜੀਆਂ ਗੱਲਾਂ ਨਵਜੋਤ ਸਿੱਧੂ ਕਈ ਗੱਲਾਂ ਬੜੀਆਂ ਪ੍ਰੈਕਟੀਕਲ ਕਰਦਾ ਤੇ ਹੋ ਸਕਦੀਆਂ ਨੇ ਉਹਨਾਂ ਨੇ ਮਾਈਨਿੰਗ ਦੀ ਗੱਲ ਕੀਤੀ ਅੱਜ ਜਿੱਥੇ ਸੁਖਵੀਰ ਸਿੰਘ ਜੀ ਜਾ ਕੇ ਛਾਪਾਂ ਮਾਰਿਆ ਬਾਅਦ ਦੇ ਵਿੱਚ ਪਤਾ ਲੱਗਿਆ ਕਸੂਤਾ ਪਸ ਗਿਆ ਉਹ ਮਾਈਨਿੰਗ ਬਕਾਇਦਾ ਦਿੱਤੀ ਹੋਈ ਹੈ ਠੇਕੇ ਦੇ ਉੱਤੇ ਸਰਕਾਰੀ ਹੈ ਤੇ ਉੱਥੇ ਜਾ ਕੇ ਛਾਪਾ ਮਾਰ ਲਿਆ ਮਤਲਬ ਅਸੀਂ ਖਬਰ ਬਣਾਉਣੀ ਹੈ ਖਬਰ ਬਣਾਉਣ ਵਾਸਤੇ ਅਸੀਂ ਇਹ ਸਾਰਾ ਕੁਝ ਕਰਦੇ ਆਂ ਲੇਕਿਨ ਉਹਦੀ ਅਸਲੀਅਤ ਕੀ ਹੈ ਉਸ ਪਾਸੇ ਵੱਲ ਨਹੀਂ ਜਾਂਦੇ ਇੱਕ ਤੁਸੀਂ ਸਵਾਲ ਜਿਹੜਾ ਕੀਤਾ ਵੀ ਅੱਜ ਇਹ ਕਿਉਂ ਠਾਇਆ ਜਾ ਰਿਹਾ ਹੈ ਕਿਉਂਕਿ ਅੱਜ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਦੀਆਂ ਜਿਹੜੀਆਂ ਨਕਾਮੀਆਂ ਨੇ ਉਹਦੀ ਗੱਲ ਕਰਦਾ ਨਵਜੋਤ ਸਿੰਘ ਸਿੱਧੂ ਦਾ ਦਿੱਲੀ ਵਾਲਿਆਂ ਨਾਲ ਸਿੱਧੀਆਂ ਕੁਡੀਆਂ ਪਾਈਆਂ ਵੀਆਂ ਨੇ ਉਹ ਜਿਹੜੀਆਂ ਸਿੱਧੀਆਂ ਕੁੰਡੀਆਂ ਨੇ ਬੈਸੇ ਦਾ ਚਾਹੀਦਾ ਇਹ ਸੀ ਕੈਪਟਨ ਸਾਹਿਬ ਆਪਦੀ ਗਲਤ ਇਹ ਖੜਦੇ ਉਹਨਾਂ ਨੇ ਕਿਹਾ ਜੀ ਵੀ ਮੇਰੀ ਤਾਂ ਆਖਰੀ ਚੋਣ ਹੈ ਮੈਂ ਇਸ ਤੋਂ ਬਾਅਦ ਚੋਣ ਨਹੀਂ ਲੜਨੀ ਉਹ ਚੋਣ ਤੇ ਨਹੀਂ ਖੜੇ ਉਹਨਾਂ ਨੇ ਉਹਨੂੰ ਫੇਰ ਕਹਿਤਾ ਕਿ ਮੈਂ ਤਾਂ ਇਹ ਚੋਣ ਲੜਾਂਗਾ ਜੇ ਉਹ ਪਹਿਲੀ ਗੱਲ ਤੇ ਖੜ ਦੇ ਤੇ ਦੂਜੀ ਕਤਾਰ ਦੀ ਲੀਡਰਸ਼ਿਪ ਤਿਆਰ ਕਰ ਦੇ ਜਿਹਦੇ ਵਿੱਚ ਨਵਜੋਤ ਸਿੱਧੂ ਵੀ ਹੋ ਸਕਦਾ ਸੀ ਮਨਪ੍ਰੀਤ ਬਾਦਲ ਵੀ ਹੋ ਸਕਦਾ ਸੀ ਜਾਂ ਕੋਈ ਹੋਰ ਚਿਹਰਾ ਜਿਹੜਾ ਵੀ ਸਾਰਿਆਂ ਨੂੰ ਸੂਟ ਕਰਦਾ ਉਹ ਚਿਹਰੇ ਨੂੰ ਅੱਗੇ ਇਹਨਾਂ 50 ਸਾਲਾਂ ਦੇ ਵਿੱਚ ਤਰਾਸ਼ਣਾ ਚਾਹੀਦਾ ਸੀ ਵੀ ਆਹ ਸਾਡਾ ਅਗਲਾ ਚਿਹਰਾ ਹੋ ਸਕਦਾ ਹੈ ਇਹ ਜਿਹੜੀ ਕਾਂਗਰਸ ਦੀ ਹਾਈ ਜਾਂ ਲੋਕ ਕਮਾਂਡ ਹੈ ਜੋ ਵੀ ਹੈ ਇਹ ਉਹ ਵੀ ਉਸ ਪਾਸੇ ਵੱਲ ਨੀਚੋੜ ਦੀ ਜਿਹਦੇ ਕਰਕੇ ਇਹਨਾਂ ਦਾ ਮੱਧ ਪ੍ਰਦੇਸ਼ ਗਿਆ ਆਂਧਰਾ ਗਿਆ ਤੇ ਜਿਹੜਾ ਮੜੀਆਂ ਮੁੱਟੀਆਂ ਫੌੜੀਆਂ ਤੇ ਰਾਜਸਥਾਨ ਖੜਾ ਹੈਗਾ ਇੱਕ ਪਾਸੇ ਨਰਿੰਦਰ ਮੋਦੀ ਵਰਗਾ ਸ਼ਕਤੀਸ਼ਾਲੀ ਬੰਦਾ ਉਹਦੇ ਨਾਲ ਲਿਪਟਣ ਲਈ ਮਤਲਬ ਇਹਨਾਂ ਨੇ ਉਹ ਕੁਝ ਨਹੀਂ ਕੀਤਾ ਹੋਰ ਉਹਦੇ ਤੇ ਕੱਲ ਕੱਢ ਲਿਆ ਵੀ ਉਹਦਾ ਕੋਈ 8.5 ਲੱਖ ਦਾ ਬਿੱਲ ਰਹਿੰਦਾ ਹੈ ਮੈਂ ਇਸ ਗੱਲ ਨਾਲ ਵੈਸੇ ਅਸਹਿਮ ਤਾਂ ਵੀ ਜਿਸ ਤਰ੍ਹਾਂ ਦੀ ਨਵਜੋਦ ਦੀ ਕਾਰਗੁਜ਼ਾਰੀ ਹੈ ਕਿ ਉਹਨੇ ਇਹ ਬਿੱਲ ਛੱਡਿਆ ਹੋਵੇ ਇਹਦੇ ਵਿੱਚ ਕੋਈ ਨਾ ਕੋਈ ਤਕਨੀਕੀ ਖਰਾਬੀ ਹੈ ਜੋ ਪਤਾ ਲੱਗਿਆ ਕਿ ਉਹਦਾ ਬਿੱਲ ਜ਼ਿਆਦਾ ਆ ਗਿਆ ਸੀ ਉਹ ਜੋ ਸਰਕਾਰ ਦੇ ਨਿਜਮ ਨੇ ਬਿਜਲੀ ਬੋਰਡ ਦੇ ਉਹ ਭਰ ਕੇ ਉਹਦਾ ਕੇਸ ਜਿਹੜੀ ਇਹਨਾਂ ਦੀ ਝਗੜੇ ਨਿਪਟਾਉ ਥਾਰਟੀ ਹੈ ਉਹਦੇ ਵਿੱਚ ਲੱਗਿਆ ਹੋਇਆਗਾ ਜਦੋਂ ਜੇ ਤਾਂ ਝਗੜੇ ਨਿਪਟਾਉ ਥਾਰਟੀ ਨੇ ਬਿਜਲੀ ਨਿਗਮ ਦੇ ਹੱਕ ਚ ਕਰਤਾ ਤਾਂ ਨਵਜੋਦ ਸਿੱਧੂ ਨੂੰ ਪੈਸੇ ਭਰਨੇ ਪੈਣਗੇ ਜੇ ਉਹਦੇ ਹੱਕ ਚ ਕਰਤਾ ਤੇ ਫਿਰ ਨਵਜੋਦ ਸਿੱਧੂ ਦਾ ਜਿਹੜਾ ਉਹ ਬਕਾਇਆ ਮਾਪੂਜੂਗਾ ਉਹਦੇ ਸਾਰੇ ਪ੍ਰਾਣੀ ਜਿਹੜੀ ਪੜਤ ਹੈ ਉਸ ਨੂੰ ਲੈ ਕੇ ਬਕਾਇਦਾ ਜਾਂਚ ਕੀਤੀ ਜਾਊਗੀ ਜਾਂਚ ਕਰਨ ਤੋਂ ਬਾਅਦ ਹੁੰਦਾ ਕੀ ਹੈਗਾ ਮੈਨੂੰ ਯਾਦ ਹੈ ਕਿਸਾਨ ਫਲੇਗ ਸਟੇਸ਼ਨ ਰਾਮਪੁਰਾਪ ਹੂਲ ਦਾ ਉਹਨੂੰ ਇਹਨਾਂ ਨੇ ਚੱਕ ਕੇ ਪਿਛਲੇ ਥਾਂ ਤੋਂ ਪਤਾ ਸੀ ਜਦੋਂ ਝਗੜੇ ਨੇ ਬਿਠਾਉਟ ਅਥਾਰਟੀ ਤੇ ਆਇਆ ਤਾਂ ਉਹ ਉਲਟ ਉਹਦੇ ਹੱਕ ਚ ਫੈਸਲਾ ਦੇ ਦਿੱਤਾ ਗਿਆ ਜਿੱਤੇ ਕਰਕੇ ਮਤਲਬ ਬਚਾਅ ਰਹਿ ਗਿਆ ਇਹ ਢਿਲੋਂ ਸਾਹਿਬ ਮੈਂ ਦੇਖੀ ਹੈ ਇੱਕ ਗੱਲ ਕਿ ਜਿਹੜਾ 10 ਲੱਖ ਰੁਪਏ ਨਵਜੋਤ ਸਿੱਧੂ ਨੂੰ ਭਰਿਆ ਆ ਪਹਿਲਾਂ ਜਦੋਂ ਨੂੰ ਕਿਹਾ ਗਿਆ ਕਿ ਭਈ 18 ਲੱਖ ਤੇਰਾ ਬਣਦਾ ਆ ਬਿੱਲ ਤਾਂ ਉਸ ਚੀਜ਼ ਨੂੰ ਨਹੀਂ ਹਾਈਲਾਈਟ ਕੀਤਾ ਜਾ ਰਿਹਾ ਕਿ 10 ਲੱਖ ਉਹਨੇ ਭਰਿਆ ਵੀ ਐ ਇਹ ਜ਼ਰੂਰ ਦੱਸਿਆ ਜਾ ਰਿਹਾ ਕਿ 8740000 ਜਾਂ 8.5 ਲੱਖ ਕਰੀਬ ਦੇ ਰੁਪਏ ਦੇ ਕਰੀਬ ਉਹਨਾਂ ਨੇ ਹਜੇ ਭਰਨੇ ਆ ਤੇ ਉਹਨੂੰ ਬਦਨਾਮ ਕੀਤਾ ਜਾ ਰਿਹਾ ਆ ਇਹ ਸਿਹਰਾ ਮੈਨੂੰ ਲੱਗਦਾ ਐ ਨਵਜੋਤ ਸਿੱਧੂ ਹੋਣਾਂ ਦੇ ਸਿਰ ਇਸ ਲਈ ਜਾਂਦਾ ਆ ਕਿ ਕਿਸੇ ਨਾ ਕਿਸੇ ਤਰੀਕੇ ਉਸ ਸ਼ਖਸ ਨੇ ਆਵਾਜ਼ ਉਠਾਈ ਐ ਕਿ ਭਾਈ ਬਿਜਲੀ ਵਿਭਾਗ ਜਿਹੜਾ ਨਵਜੋਤ ਸਿੱਧੂ ਨੂੰ ਦੇਣ ਲੱਗੇ ਸੀ ਉਹਦੇ ਚ ਬੇਨਿਯਮੀਆਂ ਨੇ ਮੰਤਰੀ ਮੰਤਰੀ ਵਾਲਾ ਉਹਨਾਂ ਦਾ ਡਿਪਾਰਟਮੈਂਟ ਜਦੋਂ ਬਦਲਣਾ ਸੀ ਕਾਰਪੋਰੇਸ਼ਨ ਨੂੰ ਲੈ ਕੇ ਦੂਜੇ ਪਾਸੇ ਉਹਨਾਂ ਨੂੰ ਡਿਪਾਰਟਮੈਂਟ ਦੇ ਰਹੇ ਸੀ ਬਿਜਲੀ ਵਾਲਾ ਤਾਂ ਉਹ ਨਵਜੋਤ ਸਿੰਘ ਸਿੱਧੂ ਦਾ ਬਿਲਕੁਲ درست ਔਰ ਸਹੀ ਫੈਸਲਾ ਸੀ ਨਹੀਂ ਤਾਂ ਅੱਜ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਦੁਬਾਰੇ ਬਦਨਾਮ ਕੀਤਾ ਜਾ ਰਿਆ ਹੁੰਦਾ ਕਿ ਭਾਈ ਬਿਜਲੀ ਵਿਭਾਗ ਮੈਂ ਤੇਰੇ ਕੋਲ ਐ ਬਿਜਲੀ ਤੂੰ ਪ੍ਰੋਵਾਈਡ ਨਹੀਂ ਕਰ پا ਰਿਆ ਤੇ ਸਰਕਾਰ ਨੂੰ ਇਹ ਪਤਾ ਸੀ ਕਿ ਅਖੀਰਲੇ ਸਾਲ ਦੇ ਵਿੱਚ ਉਹ ਬਿਜਲੀ ਪੂਰੀ ਨਹੀਂ ਕਰ ਪਾਉਗੀ ਇਹ ਆਈਏ ਅਫਸਰਾਂ ਨੂੰ ਆਈਏਸ ਲੋਬੀ ਨੂੰ ਸਭ ਪਤਾ ਹੁੰਦਾ ਜਿਨੇ ਸੈਕਟਰੀ ਚੀਫ ਸੈਕਟਰੀ ਲੱਗੇ ਹੁੰਦੇ ਨੇ ਜਿਹੜੇ ਸੀਐਮ ਨੂੰ ਸਲਾਹ ਦਿੰਦੇ ਨੇ ਮੌਕੇ ਦੀ ਮੌਕੇ ਪਰ ਨਵਜੋਤ ਸਿੰਘ ਸਿੱਧੂ ਦਾ ਫੈਸਲਾ ਉਸ ਵੇਲੇ ਭਾਵੇਂ ਸਾਨੂੰ ਲੱਗਦਾ ਸੀ ਕਿ ਇਹ ਆਡਿਅਲ ਰਵਈਆ ਕਿਉਂ ਪਨਾਇਆ ਨਵਜੋਤ ਸਿੱਧੂ ਨੇ ਕਿ ਜੀ ਮੈਂ ਬਿਜਲੀ ਵਿਭਾਗ ਨਹੀਂ ਲੈਣਾ ਸਥਾਨਕ ਸਰਕਾਰਾਂ ਵਿਭਾਗ ਮੈਂ ਛੱਡਣਾ ਨਹੀਂ ਹੈ ਪਰ ਅੱਜ ਉਹ ਫੈਸਲਾ ਦਰੁਸਤ ਦਿਖਦਾ ਆ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋਗੇ ਕਿਉਂਕਿ ਇੱਕ ਦੂਜੀ ਗੱਲ ਵੀ ਹੈ ਜੇ ਨਵਜੋਤ ਸਿੰਘ ਸਿੱਧੂ ਉਹਨੂੰ ਲੈ ਲੈਂਦਾ ਤਾਂ ਹੁਣ ਤੱਕ ਜਿਹੜੇ ਪਿਛਲੀ ਸਰਕਾਰ ਨੇ ਸਮਝੌਤੇ ਕੀਤੇ ਰਿਓ ਖਲਾਰਾ ਪਾਇਆ ਹੁੰਦਾ ਉਨੇ ਦੱਸਿਆ ਹੁੰਦਾ ਵੀ ਕੀ ਸਮਝੌਤੇ ਕੀਤੇ ਸੀਗੇ ਤੇ ਕਿੰਨੇ ਬਿਨਾਂ ਵਰਤਿਆਂ ਸਾਨੂੰ ਉਹਨਾਂ ਨੂੰ ਪੈਸੇ ਅਦਾ ਕਰਨੇ ਪੈ ਰਹੇ ਨੇ 25 25 ਸਾਲ 30 30 ਸਾਲ ਦੇ ਕਰ ਲਏ ਇੱਥੇ ਜਿਹੜੇ ਸੋਲਰ ਦੇ ਹਨਾ ਉਹ ਵੀ ਮਤਲਬ ਪਿਛਲੀ ਸਰਕਾਰ ਦੇ ਕੁਝ ਆਗੂਆਂ ਦੇ ਨੇ ਉਹ 8 8 ਰੁਪਏ 'ਚ ਸਮਝੌਤਾ ਹੋਇਆ ਵਾ ਪਰ ਜੁਨਟ ਦਾ ਕਿਵੇਂ ਚ ਚੱਲੋਗੇ ਕਈ ਥਾਵਾਂ ਦੀ ਪਿਕਚਰ ਇਹ ਕਲੀਅਰ ਨਹੀਂ ਕਰ ਰਹੇ ਰਾਜਪੁਰੇ ਵਾਲਾ ਤਾਂ ਬਿਜਲੀ ਘਰ ਹੈ ਰਾਜਪੁਰੇ ਵਾਲੇ ਤਾਂ ਬਿਜਲੀ ਘਰ ਦਾ 2 ਰੁਪਏ 99 ਪੈਸੇ ਦੇ ਵਿੱਚ ਸਮਝੌਤਾ ਹੋਇਆ ਹੋਵੇਗਾ ਜਿਹੜੀਆਂ ਇੱਕ ਨੇ ਕਹਿੰਦਾ ਮੈਂ ਇਹਦੇ ਯੂਨਟ ਮਾਫ ਕਰੂੰਗਾ ਦੂਜਾ ਕਹਿੰਦਾ ਮੈਂ ਇਹਨੇ ਕਰੂੰਗਾ ਤੁਹਾਨੂੰ ਯਾਦ ਆ ਜਦੋਂ 13 ਮਾਰਚ ਨੂੰ ਸਰਕਾਰ ਨੇ ਸੌਂ ਚੱਕੀ ਆ 2017 ਨੂੰ ਤੇ 23 ਮਾਰਚ ਨੂੰ ਨਵਜੋਤ ਸਿੰਘ ਸਿੱਧੂ ਖਟਖਟ ਕਲਾਂ ਜਾਂਦੇ ਆ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਪਤਾ ਲੱਗਿਆ ਅਜਾਇਬ ਘਰ ਦੀ ਬਿਜਲੀ ਕੱਟੀ ਵੀ ਸੀ ਉਹ ਕੁੰਡੀ ਲਾ ਕੇ ਚਲਾਈ ਜਾ ਰਹੀ ਸੀ ਜਦੋਂ ਇਹਨੂੰ ਪਤਾ ਲੱਗਿਆ ਉਹਦਾ ਜਿੰਨਾ ਵੀ ਬਿੱਲ ਸੀ ਇਹ ਆਪਣੀ ਜੇਬ ਚੋਂ ਭਰ ਕੇ ਆਇਆ ਜਿਹੜਾ ਬੰਦਾ 10 ਕਿਸਾਨਾਂ ਦੀ ਅੰਮ੍ਰਿਤਸਰ ਦੇ ਵਿੱਚ ਫਸਲ ਸੜ ਗਈ ਕਨਕ ਦੀ ਉਹਨੇ 2.5 ਲੱਖ ਰੁਪਿਆ ਪ੍ਰਤੀ ਕਿਸਾਨ ਵੀ ਸਰਕਾਰ ਦਾ ਮੁਆਵਜ਼ਾ ਦਾ ਪਤਾ ਨਹੀਂ ਕਦੋਂ ਆਊਗਾ ਆ ਚੱਕ ਤੂੰ ਮੈਂ ਦਿੰਨਾ ਹੈ ਜਿਸ ਬੰਦੇ ਦਾ ਉਸ ਤਰ੍ਹਾਂ ਦਾ ਕਰਦਾਰ ਹੋਵੇ ਕਿ ਉਹ ਇਹਨਾਂ ਦਾ 8 ਲੱਖ ਰੱਖ ਸਕਦਾ ਹੈ ਮੈਨੂੰ ਵੀ ਲੱਗਦਾ ਹੈਗਾ ਇਹ ਇਹ ਰੇਲੋਸਾ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਹੜਾ ਕੇਜਰੀਵਾਲ ਨੇ ਇਸ ਵਾਰ ਬਿਜਲੀ ਦਾ ਮੁੱਦਾ ਛੇੜਤਾ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ ਕਿ 300 ਯੂਨਟ ਤੱਕ ਅਸੀਂ ਮਾਫ ਕਰ ਦਾਂਗੇ ਉਸ ਤੋਂ ਬਾਅਦ ਸਿਆਸਤ ਹੋਰ ਜ਼ਿਆਵੇ ਪੱਕ ਗਈ ਹੈ ਕਿਉਂਕਿ ਨਵਜੋਤ ਸਿੱਧੂ ਨੂੰ ਵੀ ਟਵੀਟ ਕਰਕੇ ਸਲਾਹ ਦੇਣੀ ਵੀ مشਵਰਾ ਦੇਣਾ ਪਿਆ ਮੁੱਖ ਮੰਤਰੀ ਅਮਰਿੰਦਰ ਸਿੰਘ ਉਹਨਾਂ ਨੂੰ ਕਿ ਇਸ ਤਰੀਕੇ ਨਾਲ ਬਿਜਲੀ ਸਸਤੀ ਕਰੋ ਤੇ ਕੇਜਰੀਵਾਲ ਹੋਣੀ ਜਦੋਂ ਇਹ ਅਨਾਉਂਸਮੈਂਟ ਕਰਦੇ ਨੇ ਤਾਂ ਸੋਸ਼ਲ ਮੀਡੀਆ ਤੇ ਉਸ ਦਿਨ ਮੈਂ ਦੇਖਿਆ ਜਿਹੜੇ ਮੈਸੇजेस ਆਉਂਦੇ ਨੇ ਜੀ YouTube ਦੇ ਉੱਤੇ Facebook ਦੇ ਉੱਤੇ ਕਿਉਂਕਿ ਕੇਜਰੀਵਾਲ ਨੇ ਅਨਾਉਂਸਮੈਂਟ ਕੀਤਾ 300 ਯੂਨਟ ਦੀ ਤੇ ਉਦੋਂ ਮੈਸੇਜ ਆਉਂਦੇ ਨੇ ਕਿ ਭਾਈ ਮੁਫਤ ਦੀ ਬਿਜਲੀ ਨਾ ਸਾਨੂੰ ਦਿਓ ਮੁਫਤ ਕਿਉਂ ਸਾਨੂੰ ਮੁਫਤ ਖੋਰਾ ਬਣਾ ਰਹੇ ਹੋ ਤੇ ਪਹਿਲੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਮੁਫਤ ਖੋਰ ਬਣਾ ਕੇ ਪੰਜਾਬੀਆਂ ਤੋਂ ਵੋਟਾਂ ਲਈਆਂ ਨੇ ਉਹਨਾਂ ਨੂੰ ਬੇਵਕੂਬ ਬਣਾ ਕੇ ਕਿ ਭਾਈ ਅਸੀਂ ਆਹ ਵਾਦੇ ਕਰਾਂਗੇ ਪੂਰੇ ਤੁਹਾਡੇ ਆਹ ਵਾਦੇ ਕਰਾਂਗੇ ਸ਼ਾਇਦ ਆਹੀ ਕਾਰਨ ਹੈ ਕਿ ਜਦੋਂ ਅਕਾਲੀ ਦਲ ਕੱਲ ਜੈਤੋ ਵਾਲੇ ਪਾਸੇ ਆਪ ਵਿਰੋਧ ਕਰਨ ਗਿਆ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਮੂਹਰੇ ਤਾਂ ਲੋਕਾਂ ਨੇ ਉਹਨਾਂ ਨੂੰ ਭਜਾਏ ਕੇ ਤੁਸੀਂ ਭਜੋ ਇੱਥੋਂ ਹਾਂ ਨੇ ਪਤਾ ਕੀ ਹੈ ਜੀ ਹੁਣ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਸੋਸ਼ਲ ਵੀਡੀਓ ਬਹੁਤ ਭਾਰੂ ਹੋ ਗਿਆ ਅਖਬਾਰਾਂ ਦੇ ਵਿੱਚ ਤਾਂ ਗੱਲ ਕੱਲ ਨੂੰ ਆਉਣੀ ਹੈ ਸਵੇਰ ਨੂੰ ਆਉਣੀ ਹੈ ਉਹ ਗੱਲ ਉਹ ਤੋਂ ਪਹਿਲਾਂ ਲੋਕਾਂ ਕੋਲ ਪਹੁੰਚੀ ਹੁੰਦੀ ਹੈ ਵੀ ਕੀ ਗੱਲ ਹੈ ਕੀ ਨਹੀਂ ਹੈਗਾ ਇਹ ਮੁਕਤ ਖੋਰੀ ਵਾਲੀ ਜਿਹੜੀ ਉਹਨੇ 300 ਜੁੰਟ ਤੱਕ ਕਹਿਤਾ ਵੀ ਮੈਂ ਦੇਵਾਂਗਾ ਠੀਕ ਹੈ ਉਹਦਾ ਛੱਜ ਚ ਪਾ ਕੇ 301 ਛੱਡੀ ਜਾਂਦੇ ਨੇ ਵੀ ਜੇ 301 ਹੋਗਾ ਜੀ ਪੂਰੀ ਬਿਜਲੀ ਆਊਗੀ ਫਿਰ ਉਹਦਾ ਬਿੱਲ ਪੂਰਾ ਲੱਗੇਗਾ 300 ਤੱਕ ਤਾਂ ਚਲੋ ਮੰਨ ਲਓ ਜੇ ਉਹਨੇ 300 ਤੱਕ ਕਰਤਾ ਲੋਕਾਂ ਨੇ ਬਠੇਰੇ ਸਬਕਤਾਬ ਕਰ ਲੈਣੇ ਆ 770 ਨੂਨੇ ਮੀਟਰੀ ਦੋਲਵਾ ਲੈਣੇ ਨੇ ਉੱਪਰ ਥੱਲੇ ਕਰਕੇ ਵੀ 3 300 600 ਹੋ ਗਿਆ ਠੀਕ ਹੈ ਢੰਗ ਲੋਕਾਂ ਕੋਲੇ ਬਹੁਤ ਪਏ ਨੇ ਪਰ ਅਸੀਂ ਕਹਿੰਦੇ ਹਾਂ ਮੁਕਤਖੋਰੀ ਗਲਤ ਹੈ ਮੁਕਤਖੋਰੀ ਦੀ ਥਾਂ ਦੇ ਉੱਤੇ ਤੁਸੀਂ ਬੰਦਿਆਂ ਨੂੰ ਸਟੈਂਡ ਕਰੋ ਉਹ ਆਪ ਦੀ ਚੀਜ਼ ਆਪ ਪ੍ਰਾਪਤ ਕਰ ਲੈਣ ਹੁਣ ਕੇਜਰੀਵਾਲ ਦਾ 300 ਵਾਲਾ ਤਾਂ ਕਹਤਾ ਜਿਹੜਾ ਕੇਜਰੀਵਾਲ ਨੇ ਇਹ ਕਿਹਾ ਵੀ ਸ਼ਰਾਬ ਮਾਫੀਆ ਮਹੀਨੇ ਦਾ ਮਾਫੀਆ ਟਰਾਂਸਪੋਰਟ ਮਾਫੀਆ ਇਨਾਂ ਦੀਆਂ ਜੇਬਾਂ ਚੋਂ ਕੱਢ ਕੇ ਸਰਕਾਰੀ ਖਜ਼ਾਨੇ 'ਚ ਪਾਵਾਂਗੇ ਉਹਦੀ ਗੱਲ ਨਹੀਂ ਕਰਦੇ ਨਾ ਕਾਂਗਰਸੀ ਕਰਨ ਨਾ ਆਕਾਲੀ ਕਰਨ ਜੇ ਉਹ ਇਹ ਗੱਲ ਕਹਿੰਦਾ ਹੈ ਵੀ ਇਹਦੇ ਨੂੰ ਅਸੀਂ ਕਾਬੂ ਕਰ ਲਵਾਂਗੇ ਬਈ ਕਿਦੰਦਾ ਰੋਲਾ ਪਾਉਂਦਾ ਨਵਜੋਤ ਸਿੰਘ ਪ੍ਰਗਟ ਸਿੰਘ ਨੇ ਤਾਂ ਲਿਖ ਕੇ ਭੇਜਤਾ ਸੀ ਭੁਖ ਮੰਤਰੀ ਨੂੰ ਕਿ ਤੁਹਾਡੀਆਂ ਆ ਪਲੱਗਿੰਗ ਕਰਨ ਦੀ ਲੋੜ ਹੈ ਜੇ ਇਹਨੂੰ ਤੁਸੀਂ ਪਲੱਗ ਕਰ ਲਓ ਤਾਂ ਸਾਰਾ ਕੁਝ ਤੁਹਾਡਾ ਜਿਹੜਾ ਹੈਗਾ ਸੁਧਰ ਸਕਦਾ ਹੈਗਾ ਜੇ ਛੋਟਾ ਜਿਹਾ ਸੂਬਾ ਤਹਿਲਗਾਨਾ ਮਾਈਨਿੰਗ 'ਚ ਉਹ 1000 ਕਰੋੜ ਰੁਪਈਆ ਕਮਾ ਸਕਦਾ ਹੈ ਤੇ ਸਾਡੇ ਤਾਂ ਉਸ ਤੋਂ 500 ਥਾਮਾਂ ਦੇ ਵੱਧ ਮਾਈਨਿੰਗ ਹੋ ਰਹੀ ਹੈ ਜੇ ਆਪਣਾ ਤਾਮਨ ਲਾਡੂ ਸ਼ਰਾਬ ਦੇ ਵਿੱਚੋਂ 30000 ਕਰੋੜ ਦਾ ਰੈਵਨੂ ਇਕੱਠਾ ਕਰ ਸਕਦਾ ਇਹਨਾਂ ਨੂੰ 57 5800 ਕਰੋੜ ਤੇ ਛੱਟ ਕੇ ਗਏ ਸੀ ਮਸਾ ਅਜੇ 62 3400 ਕਰੋੜ ਤੇ ਪਹੁੰਚੇ ਨੇ ਮਤਲਬ ਜੇ ਟਰੱਕਾਂ ਦੇ ਟਰੱਕ ਬਿਨਾਂ ਐਕਸਾਈਜ਼ ਦਿੱਤਿਆਂ ਬਾਹਰ ਨੂੰ ਜਾਣਗੇ ਉਹਨਾਂ ਟਰੱਕਾਂ ਤੇ ਕੰਟਰੋਲ ਕਿਹਦਾ ਕਹਿਣ ਦੀ ਲੋੜ ਨਹੀਂ ਲੋਕ ਜਾਣਦੇ ਨੇ ਤੇ ਥਾਂ ਥਾਂ ਦੇ ਉੱਤੇ ਨਜਾਇਜ਼ ਸ਼ਰਾਬ 2 ਨੰਬਰ ਦੀ ਸ਼ਰਾਬ 2 ਨੰਬਰ ਦੀ ਸ਼ਰਾਬ ਕੋਈ ਏ ਨਹੀਂ ਵੀ ਉਦੋਂ ਜੀ ਕੋਈ ਅ ਕਟ ਗਿਆ ਕਿਸਮ ਦਾ ਵਰਤਿਆ ਜਾ ਰਿਹਾ 2 ਨੰਬਰ ਦੀ ਸ਼ਰਾਬ ਦੀ ਐਕਸਾਈਜ਼ ਡਿਊਟੀ ਖਾਦੀ ਜਾ ਰਹੀ ਹੈ ਇਹ ਐਕਸਾਈਜ਼ ਹੀ ਇਹਦਾ ਲੱਗਿਆ ਵਾ ਜੇ ਅੱਜ ਕੇਂਦਰ ਦਾ ਤੇ ਰਾਜਾਂ ਦਾ ਬੈਠ ਖਤਮ ਹੋ ਜੇ ਪੈਟਰੋਲ ਤਾਂ 35 ਰੁਪਏ ਲੀਟਰ ਜਦੋਂ ਵਰਜੀ ਲੈ ਲਓ 65 ਰੁਪਏ ਇਹ ਦੋਨੇ ਸਰਕਾਰਾਂ ਮਿਲ ਕੇ ਲੁੱਟ ਰੀਆਂ ਨੇ ਜਿਹਦੇ ਨਾਲ ਕੋਈ ਰਾਤ ਦੇਣ ਨੂੰ ਤਿਆਰ ਨਹੀਂ ਹੈ ਜੀ ਟੇਲਨ ਸਾਹਿਬ ਇੱਕ ਅੱਜ ਦੀ ਇਹ ਅਖੈ ਲੋਕ ਇਸ ਹਫਤੇ ਦੀ ਸਭ ਤੋਂ ਵੱਡੀ ਖਬਰ ਹੈ ਕਿ ਕੁਮਰ ਵਿਜੇ ਪ੍ਰਤਾਪ ਹੁਣਾਂ ਨੇ ਕਿਹਾ ਸੀ ਜਦੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿ ਉਹ ਸੁਪਰੀਮ ਕੋਰਟ ਜਾਣਗੇ ਜੇ ਮੁੱਖ ਮੰਤਰੀ ਨਹੀਂ ਜਾਣਗੇ ਤੇ ਅੱਜ ਮੁੱਖ ਮੰਤਰੀ ਤਿਆਰ ਹੋ ਗਏ ਨੇ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰੀਏ ਕਿ ਕੁਮਰ ਵਿਜੇ ਪ੍ਰਤਾਪ ਵਾਲੀ ਰਿਪੋਰਟ ਕੋਰਟ ਉਪਰ ਗੋਲੀकांड ਵਾਲੀ ਉਹ ਠੀਕ ਹੈ ਪਹਿਲਾਂ ਤਾਂ ਇਹ ਹੈ ਕਿ ਜੇ ਤੁਸੀਂ ਚੱਜ ਨਾਲ ਇੱਥੇ ਲੜਿਆ ਹੁੰਦਾ ਤਾਂ ਉੱਥੋਂ ਜਾਣ ਦੀ ਨੌਬਤ ਹੀ ਨਹੀਂ ਸੀ ਹੋਣੀ ਜੇ ਸਹੀ ਰੂਪ ਦੇ ਵਿੱਚ ਹੈ ਉਹ ਐਡਵੋਕੇਟ ਜਰਨਲ ਅਤਲ ਲੰਦਾ ਜਿਹਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਕਿਹਾ ਵੀ ਆਹ ਫੌਜਾਂ ਇੱਥੇ ਸਿਰਫ ਕੇਸ ਹਰਾਉਣ ਵਾਸਤੇ ਰੱਖੀਆਂ ਵੀ ਆ ਨੇ ਮਹਿੰਗੇ ਮਹਿੰਗੇ ਵਕੀਲ ਇਹ ਜੋ ਕਰਕੇ ਲਿਆਉਂਦਾਗਾ ਉਥੋਂ ਕਾਦੇ ਵਾਸਤੇ ਤੇ ਫਿਰ ਆਪ ਇਹ ਕੀ ਕਰਦਾਗਾ ਕਿਹੜੇ ਕੋਈ ਕੇਸ ਇੱਕ ਦੱਸਿਆ ਜਾਵੇ ਹੋਰ ਫਿਰ ਉਹਨੂੰ ਦੇਤੀ ਵੀ ਤੁਸੀਂ ਜੀ ਕਹਿੰਦੇ ਵਕੀਲਾ ਦੀ ਤਲਾਸ਼ ਕਰੋ ਜਿਹੜਾ ਬੰਦਾ ਹੁਣ ਤੱਕ ਨਹੀਂ ਕੁਝ ਕਰ ਸਕਿਆ ਇਨਾਂ ਨਖਦਾ ਹੈ ਉਹ ਬੰਦਾ ਅਗਲੇ ਸਮੇਂ ਦੇ ਵਿੱਚ ਕੀ ਕਰੇਗਾ ਮੈਨੂੰ ਲੱਗਦਾ ਸਰਕਾਰ ਦੀ ਨੀਅਤ ਨਹੀਂ ਸੀ ਹੁਣ ਸਰਕਾਰ ਕੜੱਕੇ ਵਿੱਚ ਫਸ ਗਈ ਜਿਵੇਂ ਕੈਪਟਨ ਦੇ ਮੂੰਹ 'ਚ ਨਾ ਕੋਡ ਕੋਡ ਕਰਲੀ ਵਾਲੀ ਗੱਲ ਹੈ ਸੱਪ ਦੇ ਮੂੰਹ 'ਚ ਕੋਡ ਕਰਲੀ ਜਦੋਂ ਗਵਰ ਵਿਜੇ ਪ੍ਰਤਾਪ ਨੇ ਐਲਾਨ ਕਰਤਾ ਤਿਆਰੀ ਕਰਤੀ ਵੀ ਮੈਂ ਸੁਪਰੀਮ ਕੋਰਟ ਜਾਵਾਂਗਾ ਜਦ ਕਿ ਸੁਪਰੀਮ ਕੋਰਟ ਜਾਣਾ ਸਾਡਾ ਸੰਵਿਧਾਨਕ ਹੱਕ ਹੈ ਜੇ ਕੋਈ ਕੇਸ ਹਾਈ ਕੋਰਟ 'ਚੋਂ ਅਸੀਂ ਨਹੀਂ ਜਿੱਤਦੇ ਤਾਂ ਸੁਪਰੀਮ ਕੋਰਟ ਜਾਣਾ ਖੁੱਲਾ ਰਸਤਾ ਹੈ ਇਹ ਇੰਨੀ ਧੀਰ ਲਾ ਕੇ ਉਹ ਦਿੱਤੀ ਕਿਸ ਕਾਰਨ ਕਰਕੇ ਲਈ ਨਾਲੇ 100 ਗੰਡੇ ਖਦੇ ਨਾਲੇ 170 ਖਦੇ ਉਹ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਅਸੀਂ ਜਾ ਕੇ ਇਹ ਹੈ ਜਾਂ ਕੰਮ ਕਰਾਂਗੇ ਇਹ ਮੰਦ ਭਾਗਾ ਹੈਗਾ ਇਹ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਵੇ ਜਿਨ੍ਹਾਂ ਦੇ ਰਾਤ ਚ ਹੋਈ ਆ ਉਹ ਕਹਿੰਦੇ ਸਾਨੂੰ ਸਬੂਤ ਦਿਓ ਅਸੀਂ ਕਰਾਈ ਹੈ ਜੀ ਰਾਜਤਾ ਤੁਹਾਡਾ ਸੀ ਗ੍ਰਹਿ ਮੰਤਰੀ ਤੁਸੀਂ ਸੀ ਤੇ ਜਿਨ੍ਹਾਂ ਨੇ 4.5 ਸਾਲ ਕੱਟ ਤੇ ਭਾਵੇਂ ਮਿਲ ਕੇ ਮੈਚ ਖੇਡਿਆ ਐਸ ਤਰ੍ਹਾਂ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਕਿ ਇਹਨੂੰ ਠੰਡੇ ਵਾਸਤੇ ਤਰਖੋ 6 ਮਹੀਨੇ ਪਹਿਲਾਂ ਕਟਾਂਗੇ ਤਾਂ ਕਿ ਇਹਦਾ ਚੋਨਾ ਦੇ ਵਿੱਚ ਲਾਭ ਲਿਆ ਜਾ ਸਕੇ ਚੋਨਾ ਚ ਲਾਭ ਮਿਲਦਾ ਜਾਂ ਨਹੀਂ ਮਿਲਦਾ ਪਰ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਦੇ ਨਾਲ ਜੋ ਕੁਝ ਅਸੀਂ ਕੀਤਾ ਇਹ ਦੋਨੇ ਸਰਕਾਰਾਂ ਉਹਦੇ ਲਈ ਮਤਲਬ ਜਵਾਬ ਦੇ ਦੇ ਕੀ ਹੁਣ ਇਹ ਜਦੋਂ ਕਹਿਤਾ ਉਹਨਾਂ ਨੇ ਵੀ ਅਸੀਂ ਹਾਈ ਕੋਰਟ ਜਾ ਰਹੇ ਹਾਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਉੱਥੇ ਕੋਈ ਤਿਆਰੀ ਨਾਲ ਜਾਣਗੇ ਵੀ ਜਾਂ ਜੋ ਉਹਨੇ ਨੂੰ ਢਿੱਲੋਂ ਸਭ ਉਹਨੇ ਨੂੰ ਇਲੈਕਸ਼ਨ ਤਿਆਰ ਖੜੀ ਆ ਅੱਗੇ ਇਲੈਕਸ਼ਨ ਆਉਣ ਵਾਲੀ ਐ ਤੇ ਸੁਪਰੀਮ ਕੋਰਟ ਚ ਟਾਈਂ ਜਿਹੜਾ ਇਹਨਾਂ ਨੇ ਮਹੀਨਾ ਡੇਢ ਮਹੀਨਾ ਵੇਸਟ ਕਰਤਾ ਜਿੱਦ ਦਿਨ ਹਾਈ ਕੋਰਟ ਨੇ ਰਿਜੈਕਟ ਕੀਤੀ ਸੀ ਇਹਨਾਂ ਦੀ ਅਪੀਲ ਉਸੇ ਦਿਨ ਇਹਨਾਂ ਨੂੰ ਅਗਲੇ ਦਿਨ ਸੁਪਰੀਮ ਕੋਰਟ ਚਲੇ ਜਾਣਾ ਚਾਹੀਦਾ ਸੀ ਕਿਉਂਕਿ ਪੋਲੀਟਿਸੀਜ਼ ਹੋ ਗਿਆ ਮੈਟਰ ਤੁਹਾਨੂੰ ਸ਼ਾਇਦ ਯਾਦ ਹੋਊਗਾ 1978 ਦੇ ਕੇਸ ਦੇ ਵਿੱਚ ਤਾਂ ਜਦੋਂ ਅੰਬਾਲੇ ਹੋ ਗਿਆ ਸੀ ਨਰੰਕਾਰੀਆਂ ਵਾਲਾ ਜਿਹੜਾ 13 ਸਿੰਘ ਸ਼ਹੀਦ ਹੋਇਆ ਉੱਥੇ ਤੇ ਉਦੋਂ ਉਹ ਕੇਸ ਨੂੰ ਪਰਸੂਈ ਨਹੀਂ ਕੀਤਾ ਕਿਸੇ ਨੇ ਸੁਪਰੀਮ ਕੋਰਟ ਦੇ ਵਿੱਚ ਉਹ ਅੱਜ ਤੱਕ ਉਹਦਾ ਜਵਾਬ ਕੋਈ ਨਹੀਂ ਦੇ ਰਿਹਾ ਪਰ ਕਿਉਂਕਿ ਹੁਣ ਲੋਕ ਮਾੜੇ ਮੋٹے ਪੜੇ ਲਿਖੇ ਆ ਲੋਕ ਆਪ ਪ੍ਰੈਸ਼ਰਾਈਜ਼ ਕਰਨ ਲੱਗੇ ਸਰਕਾਰਾਂ ਨੂੰ ਵੋਟਰ ਸੂਝਵਾਨ ਹੋ ਗਿਆ ਇਸ ਕਰਕੇ ਇਹਨਾਂ ਨੇ ਕਿਹਾ ਵੀ ਚੱਲ ਹੁਣ ਸੁਪਰੀਮ ਕੋਰਟ ਦੇ ਪਾਲੇ 'ਚ ਛੁੱਟ ਦੋ 6 ਮਹੀਨੇ ਹੋਰ ਲੰਘ ਜਾਣਗੇ ਉਹ 6 ਵਿੱਚ ਵੱਧੀ ਲੰਘ ਜਾਣਗੇ ਜੀ 6 ਉੱਥੇ ਕਿਹੜਾ ਛੇਤੀ ਛੇਤੀ ਸਰਵਾਈ ਵਾਸਤੇ ਚੱਲਦਾ ਹੈ ਕੇਸ ਪਾਣੀਆਂ ਵਾਲਾ ਕੇਸ ਕਿਉਂਦਾ ਚੱਲਦਾ ਕੀ ਕੀਤਾ ਇਹਨਾਂ ਨੇ ਐਡਵੋਕੇਟ ਜਨਰਲ ਸਮਾ ਦੀ ਜਿਹੜਾ ਹਰਿਆਣੇ ਦਾ ਐਡਵੋਕੇਟ ਜਨਰਲ ਸੀਗਾ ਉਹਨੂੰ ਬਾਦਲ ਸਾਹਿਬ ਨੇ ਵਕੀਲ ਬਣਾ ਲਿਆ ਆਪਦਾ ਜਿਹੜਾ ਬੰਦਾ ਉਥੇ ਕੇਸ ਜਿਤਾ ਕੇ ਆਇਆ ਉਹਨਾਂ ਨੂੰ ਉਹਨੂੰ ਲਿਆ ਕੇ ਇੱਥੇ ਵਕੀਲ ਇਹਨਾਂ ਨੂੰ ਪੰਜਾਬ ਚ ਵਕੀਲੀ ਲੱਭਦਾ ਪਿਛਲੀ ਵਾਰ ਜਦੋਂ ਮੁੱਖ ਮੰਤਰੀ ਕੈਪਟਨ ਅਵਿੰਦਰ ਸਿੰਘ ਨੇ ਆਰ ਐਸ ਚੀਬਾ ਨੂੰ ਐਡਵੋਕੇਟ ਜਨਰਲ ਲਾਇਆ ਸੀ ਨਾ ਤਾਂ ਉਸ ਵੇਲੇ ਪਤਾ ਲੱਗਦਾ ਸੀ ਆਪਣਾ ਬੀ ਕੁ ਕੁਝ ਹੋ ਰਿਹਾ ਹੈਗਾ ਵੀ ਐਡਾ ਵਧੀਆ ਬੰਦਾ ਇਹਨਾਂ ਨੇ ਆਪਣਾ ਵਕੀਲ ਲੈ ਕੇ ਆਂਦਾ ਹੈਗਾ ਸੋ ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਲਗਾਤਾਰ ਤੁਸੀਂ ਕਹਿੰਦੇ ਵੀ ਖਬਰ ਦਾ ਤੋੜ ਦੱਸਿਆ ਜਾਵੇ ਆਪ ਹੀ ਤੋੜ ਦੱਸਤਾ ਵੀ 78 ਵਾਲਾ ਕੇਸ ਹੋਵੇ ਜਿਵੇਂ ਚੱਲਦਾ ਹੈਗਾ ਓਵੇਂ ਜਿਵੇਂ ਇਹ ਚੱਲਦਾ ਉਦੋਂ ਨੂੰ ਸੁਪਰੀਮ ਕੋਰਟ ਚੋਣਾ ਆ ਜਾਣਗੀਆਂ ਨਾ ਰਹੂਗਾ ਬੰਸ ਨਾ ਵੱਜੂਗੀ ਬੰਸਰੀ ਉਦੋਂ ਬਾਅਦ ਜਿਹੜੇ 10 ਸਾਲ ਸੌ ਜਾਣਗੇ ਅਗਲੇ 5ਵੇਂ ਸਾਲ ਜਾ ਕੇ ਖੋਲ ਲੈਣਗੇ ਜੀ ਜੀ ਜਿਉਂ ਲਾਇਆ ਹੈਗਾ ਪਤਾ ਨਹੀਂ ਇਹ ਨਾ ਦੋਨਾਂ ਚੋਂ ਕਿਸੇ ਨੇ ਆਉਣਾ ਜਾਂ ਕਿਸੇ ਤੀਜੇ ਨੇ ਆਉਣਾ ਕਿਹਨੇ ਆਉਣਾ ਹੈ ਹਜੇ ਤੱਕ ਤਾਂ ਇਹੀ ਦੋਸ਼ ਲੱਗ ਰਹੇ ਆ ਕਿ ਇੱਕ ਦੂਜੇ ਨਾਲ ਮਿਲ ਕੇ ਖੇਡਾਂ ਖੇਡ ਰਹੇ ਜੀ ਬਹੁਤ-ਬਹੁਤ ਧੰਨਵਾਦ ਜੀ ਢਿੱਲੋਂ ਸਾਹਿਬ ਦਾ ਅ ਜਸਪਾਲ ਸਿੰਘ ਢਿੱਲੋਂ ਇੱਕ ਅਜਿਹੇ ਪੱਤਰਕਾਰ ਨੇ ਜਿਹੜੇ ਪੰਜਾਬ ਦੇ ਵਿੱਚ ਪੱਤਰਕਾਰੀ ਕਰਦੇ ਨੇ ਔਰ ਖਾਸ ਕਰ ਮੈਂ ਇਹਨਾਂ ਨੂੰ ਦੇਖਿਆ ਇੱਕ ਦੋ ਵਾਰੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣੀ ਪਟਿਆਲੇ ਫੇਰੀ ਤੇ ਆਏ ਤੇ ਬਿਜਲੀ ਦੇ ਮੁੱਦਿਆਂ ਦੇ ਉੱਤੇ ਕਿਸਾਨੀ ਦੇ ਮੁੱਦਿਆਂ ਤੇ ਪਾਣੀ ਦੇ ਮੁੱਦਿਆਂ ਤੇ ਖੇਤੀ ਦੇ ਮੁੱਦਿਆਂ ਤੇ ਇਹ ਪ੍ਰਕਾਸ਼ ਸਿੰਘ ਬਾਦਲ ਹੁਣਾ ਨੂੰ ਮੁੱਖ ਮੰਤਰੀ ਜਿਹੜੇ ਉਸ ਵੇਲੇ ਦੇ ਸੀਗੇ ਉਹਨਾਂ ਨੂੰ ਸਲਾਹ ਦਿੰਦੇ ਹੁੰਦੇ ਸੀ ਕਿ ਬਲ ਸਾਹਿਬ ਇਹਨੂੰ ਇਦਾਂ ਕਰ ਲਓ ਪਲਾਨ ਨੂੰ ਤਾਂ ਇਹ ਐਗਜ਼ੀਕਿਊਟ ਕਰੂੰਗੇ ਇਹਦੇ ਨਾਲ ਲੋਕਾਂ ਦਾ ਭਲਾ ਹੋਊਗਾ ਇਹ ਪੱਤਰਕਾਰੀ ਦੇ ਨਾਲ ਨਾਲ ਨਿੱਜੀ ਤੌਰ ਤੇ ਵਾਤਾਵਰਣ ਨਾਲ ਨੇਚਰ ਨਾਲ ਵੀ ਜੁੜੇ ਹੋਏ ਨੇ ਲੋਕਾਂ ਦੇ ਭਲੇ ਦੀ ਗੱਲ ਵੀ ਕਰਦੇ ਨੇ ਪੱਤਰਕਾਰਾਂ ਦਾ ਕੰਮ ਵੀ ਦੋਸਤੋ ਇਹੀ ਹੁੰਦਾ ਕਿ ਜਿੱਦਾਂ ਦੀ ਪੱਤਰਕਾਰੀ ਕਰੀ ਉਹਦੇ ਨਾਲ ਸਮਾਜ ਦਾ ਕੋਈ ਭਲਾ ਹੋਵੇ ਨਾ ਕਿ ਅ ਅਸੀਂ ਕੋਈ ਵਲਗਰ ਚੀਜ਼ਾਂ ਲੱਚਰ ਚੀਜ਼ਾਂ ਤੁਹਾਡੇ ਸਾਹਮਣੇ ਪੇਸ਼ ਕਰੀਏ ਆ ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਹੈ ਪ੍ਰੋਗਰਾਮ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ YouTube Facebook ਕਮੈਂਟ ਬਾਕਸ ਦੇ ਉੱਤੇ ਕਮੈਂਟਸ ਜ਼ਰੂਰ ਆਪਣੇ ਛੱਡੇਓ ਤਾਂ ਜੋ ਅਸੀਂ ਅੱਗੇ ਤੋਂ ਵੀ ਅੱਛੇ ਪ੍ਰੋਗਰਾਮ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ ਢਿਲੋਂ ਸਭ ਬਹੁਤ ਬਹੁਤ ਧੰਨਵਾਦ ਜੀ ਸ਼ੁਕਰਗੁਆ ਜੀ ਮਿਹਰਬਾਨੀ 35 ਚੈਨਲ ਪੰਜਾਬੀ ਫੋਰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿਕ ਕਰੋ